ਸਤਿ ਸ਼੍ਰੀ ਅਕਾਲ ਦੋਸਤੋ, ਟੈਸ਼ਨ ਪੰਜਾਬੀ ਲਾਈਵ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਦੀ ਸਿਆਸਤ ਨਾਲ ਜੁੜੀ ਵੀਡੀਓ ਲੈ ਕੇ ਹਾਜ਼ਰ ਹਾਂ। ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਵੀਡੀਓ ਹੈ ਸਿੱਧੂ ਮੂਸੇਵਾਲੇ ਦੇ ਮਾਨਸਾ 'ਚ ਕੀਤੇ ਜਾ ਰਹੇ ਪ੍ਰਚਾਰ ਦੀ। ਸਿੱਧੂ ਮੂਸੇਵਾਲਾ ਮਾਨਸਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਆਪਣਾ ਪ੍ਰਚਾਰ ਕਰ ਰਿਹਾ ਸੀ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕਰ ਰਿਹਾ ਸੀ। ਇਸ ਦੌਰਾਨ ਸਿੱਧੂ ਮੂਸੇਵਾਲਾ ਇਕੱਲੀ ਇਕੱਲੀ ਦੁਕਾਨ 'ਤੇ ਵੀ ਜਾ ਰਿਹਾ ਸੀ ਅਤੇ ਇਸ ਦੌਰਾਨ ਹੀ ਸਿੱਧੂ ਮੂਸੇਵਾਲਾ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ 'ਤੇ ਵੀ ਪਹੁੰਚਿਆ, ਜਿੱਥੇ ਕਿ ਸਰਕਾਰਾਂ ਦਾ ਸਤਾਇਆ ਹੋਇਆ ਇੱਕ ਮੁੰਡਾ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੂੰ ਸਵਾਲ ਜਵਾਬ ਕਰਨ ਲਈ ਤਿਆਰ ਸੀ ਅਤੇ ਕਹਿ ਰਿਹਾ ਸੀ ਕਿ ਇਸ ਵਾਰ ਤਾਂ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਵੇਗਾ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਅਤੇ ਦੁਕਾਨ ਵਾਲੇ ਮੁੰਡੇ ਵਿੱਚ ਕਾਫੀ ਚਿਰ ਗੱਲਬਾਤ ਹੁੰਦੀ ਹੈ, ਜਿਸ ਵਿੱਚ ਉਹ ਮੁੰਡਾ ਆਪਣੇ ਮਸਲੇ ਵੀ ਸੁਣਾਉਂਦਾ ਹੈ ਅਤੇ ਫਿਰ ਸਿੱਧੂ ਮੂਸੇਵਾਲਾ ਨਾਲ ਸਹਿਮਤ ਵੀ ਹੋ ਜਾਂਦਾ ਹੈ। ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ। ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਅਤੇ ਹੋਰ ਅਪਡੇਟ ਲਈ ਚੈਨਲ ਟੈਸ਼ਨ ਪੰਜਾਬੀ ਲਾਈਵ ਜ਼ਰੂਰ ਸਬਸਕ੍ਰਾਈਬ ਕਰਿਓ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਹ ਪੂਰੀ ਵੀਡੀਓ। ਹਾਂ ਬਾਈ, ਇੱਥੇ ਆਉਣਾ ਸਿੱਧੂ ਮੂਸੇਵਾਲੇ ਨੇ, ਨਿੰਮਾ ਕਹਿੰਦਾ ਮੈਂ ਕਰੂੰ ਜੀ ਪਰੇਡ ਬਣਾਈ ਜਾਂਦਾ ਬਾਬਾ, ਆਉਂਦਾ ਹੀ ਨੀ ਹੈਗਾ ਕਹਿੰਦੀ ਗੱਲ ਤਾਂ ਉਹ। ਚਲੀ ਹੱਥ ਮਲਾਈ ਤੂੰ ਬੱਚਾ ਤੇ ਕੱਪੜੇ ਦੇਖਿਆ ਤੂੰ ਬਦਲਾ ਤਾਂ ਬੰਦਿਆਂ ਨੇ ਲੈ ਕੇ ਆਉਣਾ, ਝਾੜੂਆਂ ਜਾਂ ਪੰਜਿਆਂ ਨੇ ਲੈ ਕੇ ਬੰਦੇ ਚੰਗੇ ਕੋਈ ਤੇਰੇ ਇਲਾਕੇ ਚੋਂ ਦੇਖ ਵੀ ਕਿਹੜੇ ਬੰਦੇ ਦਾ ਨਵਾਂ ਹੈ, ਕਿਹੜਾ ਬੰਦਾ ਹਿੰਮਤ ਰੱਖ ਸਕਦਾ ਕੁਛ ਬਦਲਣ ਦੀ। ਝਾੜੂ ਵਾਲਾ ਉਹਦਾ ਵੀ ਫੋਨ ਲਵਾ ਲਈ ਤੇ ਮੈਨੂੰ ਵੀ ਲਵਾ ਲਈ ਤੇ ਪਤਾ ਲੱਗ ਜੂ ਤੈਨੂੰ, ਝਾੜੂ ਵਾਲੇ ਦਾ ਫੋਨ ਚੱਲੂਗਾ ਪੰਜਾਬ ਚ ਮਾਨਸਾ ਚ, ਤੇਰੇ ਭਰਾ ਦਾ ਅਮਰੀਕਾ ਤੱਕ ਚੱਲਦਾ। ਬਸ ਇਹ ਇੰਨਾ ਕੁ ਸੋਚ ਕੇ ਰੱਖੀ, ਬਦਲਾ ਹਮੇਸ਼ਾ ਬੰਦੇ ਲੈ ਕੇ ਆਉਂਦੇ, ਝਾੜੂ ਦੇ ਪੰਜੇ ਨਹੀਂ ਲੈ ਕੇ ਆਉਂਦੇ। ਜੇ ਚੰਗਾ ਬੰਦਾ ਤੇਰੇ ਇਲਾਕੇ ਚ ਜਾਊਗਾ ਫਿਰ ਬਦਲਾ, ਤੇਰੇ ਭਰਾ ਤੇ ਵਿਸ਼ਵਾਸ ਕਰਕੇ ਠੀਕ ਹੈ ਨਾ। ਮੈਂ ਮੇਰੇ ਪਿੰਡ ਚੋਂ ਆਇਆ ਤਾਂ ਮੇਰੇ ਪਿੰਡ ਦੇ ਹਾਲਾਤ 3 ਸਾਲ ਪਹਿਲਾਂ ਕੀ ਸੀ ਹੁਣ ਦੇਖ। ਮੁਸਲਮਾਨ ਭਾਈਆਂ ਦੀ ਕਬਰਸਤਾਨ ਦਾ ਮੈਂ ਦੇਖੂੰਗਾ ਜੀ, ਠੀਕ ਹੈ ਨਾ। ਦੇਖੀ ਮੇਰੀ ਇੰਟਰਵਿਊ ਉਹਦੇ ਤੇ ਆਈ ਹੋਈ ਇੰਡੀਆ ਟੀਵੀ 'ਚ, ਠੀਕ ਹੈ ਮੇਰਾ ਵੀਰ, ਖਿਆਲ ਰੱਖੀ। ਇਹ ਵੀ ਅਸੀਂ ਨਿਕਲਣਗੇ, ਲਿਖ ਲੈ ਮੇਰੇ ਤੋਂ, ਇਹ ਭਾਜਪਾ ਚ ਜਾਣਗੇ। ਬੰਦੇ ਬੰਦੇ ਦਾ ਫਰਕ ਹੁੰਦਾ ਮੇਰੀ ਜਾਨ, ਖਿਆਲ ਰੱਖੀ ਮੇਰਾ।